afternoon to all of you. Happy Diwali to all of you. Diwali diyan tonu saryan nu bahut bahut mubarakah. Thank you. Parmatma tonu saryan nu tonu saryan nu parmatma tandrusti bakhshe, zindagi kamyabi bakhshe. ਤੁਹਾਡੇ ਸਾਰੇ ਸੁਪਨੇ ਪਰਮਾਤਮਾ ਪੂਰੇ ਕਰੇ, ਤੁਹਾਨੂੰ ਇਸ ਕਾਬਲ ਬਣਾਵੇ ਕਿ ਤੁਸੀਂ ਆਪਦੇ ਸੁਪਨਿਆਂ ਨੂੰ ਪੂਰੇ ਕਰੋ। ਪੰਜਾਬ ਦਾ ਭਵਿੱਖ ਹੋ ਤੁਸੀਂ, ਪਤਾ ਇਸ ਗੱਲ ਦਾ? ਇਸ ਗੱਲ ਤੇ ਬਹੁਤ ਹੌਲੀ ਹਾਂਜੀ ਸੁਣੀ, ਇਹਦਾ ਮਤਲਬ ਪਤਾ ਹੀ ਨਹੀਂ ਬੇਟੇ। ਪੰਜਾਬ ਤੁਹਾਡੇ ਸਿਰ ਤੇ ਹੈ, ਪਤਾ ਹੈ? ਹਾਂ ਜੀ। ਅੱਜ ਇੱਥੇ ਮੈਂ ਖੜੀ ਹਾਂ, ਕੱਲ ਨੂੰ ਤੁਹਾਡੇ ਚੋਂ ਕਿਸੇ ਬੱਚੇ ਨੇ ਇੱਥੇ ਆ ਕੇ ਖੜਨਾ ਹੈ। ਜਿੰਨੇ ਇੱਥੇ ਟੀਚਰਸ ਪੜਾਉਣ ਵਾਲੇ ਖੜੇ ਆ ਨਾ, ਕੱਲ ਨੂੰ ਤੁਹਾਡੇ ਚੋਂ ਬੱਚਿਆਂ ਨੇ ਟੀਚਰਸ ਬਣ ਕੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਪੜਾਉਣਾ ਹੈ। ਜ਼ਿੰਮੇਵਾਰੀ ਹੈ ਤੁਹਾਡੇ ਸਿਰ ਤੇ, ਪਤਾ ਇਸ ਗੱਲ ਦਾ? ਹਾਂ ਜੀ। ਦੀਵਾਲੀ ਤੇ ਬੱਚਿਆਂ ਨੇ ਕੀ ਕਰਨਾ ਫਿਰ ਇਸ ਵਾਰ? ਓਕੇ, ਇੱਕ ਗੱਲ ਬੱਚੋ, ਜਦੋਂ ਵੀ ਕੋਈ ਗੱਲ ਕਰਨੀ ਹੈ ਹੱਥ ਖੜਾ ਕਰਨਾ, ਇਕੱਠੇ ਨਹੀਂ ਬੋਲੋਗੇ। ਦੀਵਾਲੀ ਤੇ ਇਸ ਵਾਰ ਕੀ ਕਰੋਗੇ? ਖੜੇ ਹੋ ਕੇ ਦੱਸੋ। ਇਹ ਸਿਰਫ ਮੈਨੂੰ ਦੱਸਣ ਲਈ ਕਿ ਬਾਕੀ ਪਟਾਕੇ ਨਹੀਂ ਚਲਾਉਣੇ? ਨਹੀਂ ਚਲਾਉਣੇ, ਕੀ ਕਰੋਗੇ? ਕੀ ਵੱਧ ਤੋਂ ਵੱਧ ਰੁੱਖ ਲਗਾਵਾਂਗੇ। ਕਿੰਨੇ ਲਗਾਉਂਗੇ? ਇਹ ਵੱਧ ਤੋਂ ਵੱਧ ਇੱਕ ਵੀ ਲਗਾ ਦੋਗੇ ਤਾਂ ਵੀ ਬਹੁਤ ਹੈ। ਹਾਂਜੀ। ਹੋਰ ਕੀ ਕਰੋਗੇ? ਜੋ ਘਰੇ ਕਰੋਗੇ ਮੈਨੂੰ ਉਹ ਦੱਸੋ। ਹੋਰ ਬੱਚੋ ਕੀ ਕਰੋਗੇ? ਕੋਈ ਬੱਚਾ ਉੱਠ ਕੇ ਬੋਲੂਗਾ ਦੀਵਾਲੀ ਤੇ ਕੀ ਕਰਨਾ ਇਸ ਵਾਰ? ਹਾਂ, ਭੱਜ ਕੇ ਮੇਰੇ ਕੋਲ ਲੱਗੇ ਆਓ। ਕਮ 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 ਬੇਟੇ, ਇਹ ਕਿਉਂ ਕਹਿੰਦੇ ਹੋ ਕਿ ਮੈਂ ਦੀਵਾਲੀ ਤੇ ਮਠਿਆਈ ਨਹੀਂ ਖਾਣੀ? ਦੀਵਾਲੀ ਤੇ ਮਠਿਆਈ ਖਾਣੀ ਹੈ? ਤਿਉਹਾਰ ਬਿਨਾਂ ਮਠਿਆਈ ਤੋਂ ਕੀ ਹੈ? ਜੇ ਘਰੇ ਜੇ ਬਾਹਰ ਵੀ ਨਹੀਂ ਨਾ ਖਾਣੀ, ਤਾਂ ਆਪਣੇ ਮੰਮਾ ਦੇ ਨਾਲ ਰਲ ਕੇ ਘਰੇ ਮਠਿਆਈ ਬਣਾਇਆ ਜੇ, ਆਪ ਹੀ ਖਾਇਆ ਜੇ, ਦੂਸਰਿਆਂ ਨੂੰ ਵੀ ਖਵਾਇਆ ਜੇ। ਹਾਂਜੀ ਬੇਟੀ, ਕੀ ਕਰੋਗੇ ਦੀਵਾਲੀ ਤੇ? ਆਲਾ ਦੁਆਲਾ ਸਾਫ ਰੱਖਾਂਗੇ, ਪੌਦੇ ਲਗਾਵਾਂਗੇ ਤੇ ਮਠਿਆਈ ਨਹੀਂ ਖਾਵਾਂਗੇ ਬਾਹਰੋਂ। ਘਰੇ ਬਣਾ ਕੇ ਖਾਓਗੇ? ਹਾਂਜੀ। ਆਪਣੇ ਬੇਟੇ, ਆਪਣਾ ਦੇਸ਼ ਐਸਾ ਹੈ ਜਿਹਦੇ ਵਿੱਚ ਹਰੇਕ ਧਰਮ ਦੇ ਤਿਉਹਾਰ ਮਨਾਏ ਜਾਂਦੇ ਆ। ਦੀਵਾਲੀ ਹਿੰਦੂ ਵੀ ਮਨਾਉਂਦੇ ਆ, ਦੀਵਾਲੀ ਸਿੱਖ ਵੀ ਮਨਾਉਂਦੇ ਆ। ਦੀਵਾਲੀ ਤੇ ਹਰ ਸ਼ਹਿਰ ਦੇ ਬਾਜ਼ਾਰ ਸਜਾਏ ਜਾਂਦੇ ਆ। ਦੀਵਾਲੀ ਸਭ ਦਾ ਸਾਂਝਾ ਤਿਉਹਾਰ ਹੈ ਤੇ ਦੀਵਾਲੀ ਇਕੱਲਾ ਲੈਣ ਦਾ ਤਿਉਹਾਰ ਨਹੀਂ, ਦੀਵਾਲੀ ਦੇਣ ਦਾ ਤਿਉਹਾਰ ਵੀ। ਦੀਵਾਲੀ ਤੇ ਮੇਰੇ ਤੁਹਾਡੇ ਸਾਰਿਆਂ ਅੱਗੇ ਇੱਕ ਬੇਨਤੀ ਹੈ ਕਿ ਦੀਵਾਲੀ ਤੇ ਆਪਦੇ ਬਜ਼ੁਰਗਾਂ ਨੂੰ ਜਾ ਕੇ, ਤੁਹਾਡੇ ਕੋਈ ਨਾਨੀਆਂ ਦਾਦੀਆਂ ਤਾਈ ਚਾਚੀ ਮਦਰ, ਉਹਨਾਂ ਨੂੰ ਜਾ ਕੇ ਇਹ ਪੁੱਛਣਾ ਹੈ ਕਿ ਬਚਪਨ ਵਿੱਚ ਦੀਵਾਲੀ ਤੁਸੀਂ ਕਿਵੇਂ ਮਨਾਇਆ ਕਰਦੇ ਸੀ, ਕਿਉਂਕਿ ਬੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਿ ਜਿਹੜੀਆਂ ਉਹ ਬਚਪਨ 'ਚ ਕਰਿਆ ਕਰਦੇ ਸੀ ਨਾ, ਕਈ ਤਾਂ ਕਸਟਮਸ ਹੀ ਖਤਮ ਹੋ ਗਏ ਬਚਪਨ ਦੇ ਵਿੱਚ। ਜਦੋਂ ਆਪਣੇ ਪੇਰੈਂਟਸ ਆਪਦੇ ਬਚਪਨ ਵਿੱਚ ਹੁੰਦੇ ਸੀ ਨਾ, ਤਾਂ ਉਦੋਂ ਇੱਕ ਆਮ ਗੱਲ ਹੁੰਦੀ ਸੀ ਜਿੰਨੀ ਇੱਥੇ ਬਜ਼ੁਰਗ ਬੈਠੇ ਨੂੰ ਪਤਾ ਹੋਣਾ ਕਿ ਘਰਾਂ ਦੇ ਵਿੱਚ ਅੱਗੇ ਮਠਿਆਈਆਂ ਪੱਕਿਆ ਕਰਦੀਆਂ ਸੀ। ਅੱਜ ਕੱਲ੍ਹ ਕਹਿੰਦੇ ਹੈ ਕਿ ਮਿਲਾਵਟ ਬਹੁਤ ਹੈ ਮਠਿਆਈਆਂ ਦੇ ਵਿੱਚ, ਤੇ ਮੈਂ ਜਿੰਨੀ ਇੱਥੇ ਇਸ ਬੱਚੇ ਨੂੰ ਪੁੱਛਿਆ, ਉਹਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਮਠਿਆਈ ਖਾਣੀ ਨਹੀਂ, ਫੈਸਟੀਵਲ ਬਿਨਾਂ ਮਠਿਆਈ ਤੋਂ ਤਾਂ ਕੰਮ ਦਾ ਹੀ ਨਹੀਂ ਨਾ। ਪਹਿਲਾਂ ਤਾਂ ਜੀਭ ਦਾ ਸਵਾਦ ਹੈ, ਜੇ ਹੀ ਨਾ ਪੂਰਾ ਹੋਇਆ ਕਾਹਦਾ ਫੈਸਟੀਵਲ, ਮਠਿਆਈ ਖਾਣੀ ਹੈ, ਕਿਉਂ ਨਹੀਂ ਖਾਣੀ? ਖਾਣੀ ਵੀ ਹੈ, ਖਵਾਉਣੀ ਵੀ ਹੈ। ਜੇ ਇਹ ਲੱਗਦਾ ਕਿ ਬਾਹਰ ਮਿਲਾਵਟ ਹੈ, ਤਾਂ ਆਪਦੇ ਮਦਰ ਦੇ ਨਾਲ ਰਲ ਕੇ ਜਾਂ ਆਪਦੀ ਦਾਦੀ ਮਾਂ ਦੇ ਨਾਲ ਰਲ ਕੇ ਰਸੋਈ 'ਚ ਜਾ ਕੇ ਉਹਨਾਂ ਦੀ ਹੈਲਪ ਕਰੋ ਤੇ ਰਲ ਕੇ ਇੱਕ ਮਠਿਆਈ ਬਣਾ ਲਓ, ਇੱਕ ਹੀ ਖਾ ਲਓ, ਬਹੁਤ ਹੈ, 10 ਦੀ ਲੋੜ ਨਹੀਂ, ਠੀਕ ਹੈ? ਇਹ ਫੈਸਟੀਵਲ ਬੇਟੇ ਖੁਸ਼ੀਆਂ ਵਧਾਉਂਦੇ ਹੈ। ਤਿਉਹਾਰ ਕਿਉਂ ਮਨਾਏ ਜਾਂਦੇ ਆ? ਤਾਂ ਕਿ ਆਪਾਂ ਆਪਦੀ ਜ਼ਿੰਦਗੀ ਦੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਆਪਦੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰ ਸਕੀਏ।
ਇਹ ਬਾਹਰ ਜਾਣ ਨਾਲ ਕੋਈ ਫਿਲਮ ਵੇਖਣ ਨਾਲ ਬਾਜ਼ਾਰਾਂ ਜਾਣ ਨਾਲ ਖੁਸ਼ੀਆਂ ਕੋਈ ਜ਼ਿਆਦਾ ਨਹੀਂ ਵੱਧ ਜਾਂਦੀਆਂ ਜੇ ਘਰਾਂ ਦੇ ਵਿੱਚ ਆਪਾਂ ਰਿਸ਼ਤੇਦਾਰੀ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰੀਏ ਬਜ਼ੁਰਗਾਂ ਤੋਂ ਉਹਨਾਂ ਦੇ ਬਚਪਨ ਦੀਆਂ ਕਹਾਣੀਆਂ ਸੁਣੀਏ ਕੋਈ ਰਲ ਕੇ ਗੱਲਬਾਤ ਕਰੀਏ ਜਿਹੜੀਆਂ ਚੀਜ਼ਾਂ ਅੱਜ ਹੈ ਹੀ ਨਹੀਂ ਅੱਗੇ ਬੱਚੇ ਆਪਦੇ ਬਜ਼ੁਰਗਾਂ ਤੋਂ ਨਾ ਕਹਾਣੀਆਂ ਸੁਣ ਕੇ ਤੇ ਰਾਤ ਨੂੰ ਸੋਇਆ ਕਰਦੇ ਸੀ ਅੱਜ ਕੱਲ੍ਹ ਬੱਚੇ ਰਾਤ ਨੂੰ ਸੌਣ ਲੱਗੇ ਦੋ ਦੋ ਘੰਟੇ ਮੋਬਾਈਲ 'ਤੇ ਹੀ ਲੱਗੇ ਰਹਿੰਦੇ ਟਾਈਮ ਹੀ ਨਹੀਂ ਨਾਲੇ ਵਿਚਾਰਾ ਬਜ਼ੁਰਗ ਝਾਕਦਾ ਰਹਿੰਦਾ ਕਿ ਮੇਰੇ ਕੋਲ ਬੱਚਾ ਮੈਨੂੰ ਮਿਲਣ ਲਈ ਆਊਗਾ ਕੋਈ ਗੱਲ ਸੁਣਾਊਂਗਾ ਇਸ ਲਈ ਅੱਧੀਆਂ ਚੀਜ਼ਾਂ ਤੋਂ ਤਾਂ ਅੱਜ ਕੱਲ੍ਹ ਦੀ ਜਨਰੇਸ਼ਨ ਵੈਸੇ ਹੀ ਵਾਂਝੀ ਰਹਿ ਜਾਂਦੀ ਕਿਉਂਕਿ ਉਹਨਾਂ ਕੋਲ ਬਜ਼ੁਰਗਾਂ ਨਾਲ ਗੱਲ ਕਰਨ ਦਾ ਟਾਈਮ ਹੀ ਨਹੀਂ ਮੇਰੇ ਜਿੰਨੇ ਇੱਥੇ ਬੱਚੇ ਬੈਠੇ ਹੋ ਮੇਰੀ ਤੁਹਾਡੇ ਸਾਰਿਆਂ ਅੱਗੇ ਇੱਕ ਰਿਕੁਐਸਟ ਹੈ ਕਿ ਪਲੀਜ਼ ਆਪਦੇ ਦਿਨ ਦੇ ਸਮੇਂ 'ਚੋਂ ਕੋਈ ਅੱਧਾ ਘੰਟਾ ਕੱਢ ਕੇ ਆਪਦੇ ਘਰ ਦੇ ਬਜ਼ੁਰਗ ਕੋਲ ਜ਼ਰੂਰ ਬੈਠਿਆ ਕਰੋ ਹੱਥ ਚੱਕ ਕੇ ਦੱਸੋ ਕਿਹੜਾ ਕਿਹੜਾ ਬੈਠੂਗਾ ਬੇਟੀ ਹੱਥ ਲੈ ਕੇ ਬੇਟੀ ਜਦੋਂ ਮੈਂ ਛੁੱਟੀ ਸੀ ਨਾ ਸਾਡੇ ਘਰ ਦੇ ਵਿੱਚ ਟੀਵੀ ਨਹੀਂ ਸੀ ਅਲਾਊਡ ਹੁੰਦਾ ਮੈਂ ਆਪਦੇ ਬਚਪਨ ਵਿੱਚ ਕਦੇ ਟੀਵੀ ਵੇਖਿਆ ਹੀ ਨਹੀਂ ਸੀ ਟੀਵੀ ਅਲਾਊਡ ਹੀ ਨਹੀਂ ਸੀ ਹੁੰਦਾ ਸਾਡੇ ਘਰ ਗਲਫ ਵਾਰ ਲੱਗੀ ਸੀ ਇੱਕ ਵਾਰੀ ਅਮੈਰੀਕਾ ਦੀ ਅਤੇ ਇਰਾਕ ਦੀ ਲੜਾਈ ਹੋਈ ਸੀ ਅਤੇ ਉਦੋਂ ਨਿਊਜ਼ ਚੱਲਦੀਆਂ ਹੁੰਦੀਆਂ ਸੀ ਰਾਤ ਨੂੰ ਉਸ ਟੀਵੀ 'ਤੇ ਪਰ ਸਾਨੂੰ ਉਹ ਵੀ ਵੇਖਣਾ ਅਲਾਊਡ ਨਹੀਂ ਸੀ ਹੁੰਦਾ ਮੈਂ ਆਪਦੇ ਪੇਰੈਂਟਸ ਦੀ ਇੰਨੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਆਦਤ ਹੀ ਨਹੀਂ ਪੈਣ ਦਿੰਦੀ ਟੀਵੀ ਦੀ ਤੁਸੀਂ ਮੰਨਣਾ ਨਹੀਂ ਕਿ ਮੈਂ ਕਦੀ ਮੈਨੂੰ ਲੱਗਦਾ 10 ਸਾਲ ਹੋ ਗਏ ਹੋਣੇ ਆ ਸ਼ਾਇਦ ਮੈਂ ਥੀਏਟਰ 'ਚ ਕਦੀ ਮੂਵੀ ਵੇਖੀ ਨਹੀਂ ਗਈ ਨਾ ਕਦੀ ਰਾਜਾ ਜੀ ਨੇ ਵੇਖੀ ਮਤਲਬ ਅਸੀਂ ਕਦੀ ਇਹ ਸਾਡਾ ਫੈਮਿਲੀ ਦਾ ਕਦੀ ਉਦੇਸ਼ ਨਹੀਂ ਹੁੰਦਾ ਕਿ ਅਸੀਂ ਸਾਰੇ ਰਲ ਕੇ ਮੂਵੀ ਵੇਖਣੀ ਹੈ ਜਦੋਂ ਕਿਤੇ ਸਮਾਂ ਮਿਲ ਜਾਏ ਤਾਂ ਬੈਠ ਕੇ ਗੱਲਬਾਤ ਜ਼ਰੂਰ ਕਰੀ ਦੀ ਹੈ ਮੇਰੀ ਤੁਹਾਡੇ ਸਾਰਿਆਂ ਦੀ ਇੱਕ ਬੇਨਤੀ ਹੈ ਕਿ ਜਿਹੜਾ ਵੀ ਤੁਹਾਡੇ ਘਰ ਦਾ ਸੀਨੀਅਰ ਕੋਈ ਬਜ਼ੁਰਗ ਹੈ ਜੇ ਨਾਨੀ ਦਾਦੀ ਨਾਲ ਨਹੀਂ ਰਹਿੰਦੇ ਤਾਂ ਆਪਦੇ ਮਦਰ ਫਾਦਰ ਦੇ ਕੋਲ ਬੈਠ ਕੇ ਅੱਧਾ ਘੰਟਾ ਇਕੱਲੀ ਗੱਲਬਾਤ ਕਰਿਆ ਕਰੋ ਉਹਨਾਂ ਤੋਂ ਉਹਨੇ ਜਦੋਂ ਬਚਪਨ ਦੀਆਂ ਗੱਲਾਂ ਸੁਣਿਆ ਕਰੋ ਕੋਈ ਉਹਨਾਂ ਦੇ ਐਕਸਪੀਰੀਅੰਸ ਸੁਣਿਆ ਕਰੋ ਇਹਨਾਂ ਗੱਲਾਂ ਦੇ ਨਾਲ ਤੁਸੀਂ ਜ਼ਿੰਦਗੀ 'ਚ ਇੰਨਾ ਕੁਝ ਸਿੱਖ ਜਾਓਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਗੱਲਾਂ ਗੱਲਾਂ 'ਚ ਆਪਦੇ ਪੇਰੈਂਟਸ ਨਾਲ ਆਪਦੇ ਬਜ਼ੁਰਗਾਂ ਨਾਲ ਅੱਧਾ ਘੰਟਾ ਬੈਠ ਕੇ ਗੱਲਬਾਤ ਰੋਜ਼ ਕਰਿਆ ਕਰੋ ਇਹਦੇ ਨਾਲ ਤੁਹਾਨੂੰ ਵੀ ਖੁਸ਼ੀ ਮਿਲੂਗੀ ਤੁਹਾਨੂੰ ਸਿੱਖਣ ਨੂੰ ਬੜਾ ਕੁਝ ਮਿਲੂਗਾ ਤੇ ਬਜ਼ੁਰਗ ਪਤਾ ਕੀ ਹੈ ਜਦੋਂ ਬੱਚਾ ਕੋਲੇ ਆ ਕੇ ਗੱਲਬਾਤ ਕਰਦਾ ਹੈ ਨਾ ਤਾਂ ਪਤਾ ਨਹੀਂ ਅਸੀਸਾਂ 'ਚ ਕਿੰਨਾ ਕੁਝ ਦੇ ਦਿੰਦੇ ਆ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਕੀ ਕੁਝ ਲਿਆਓਗੇ ਤੁਸੀਂ ਉਹਨਾਂ ਤੋਂ ਦੀਵਾਲੀ ਰੱਜ ਕੇ ਮਨਾਉਣੀ ਹੈ ਖੁਸ਼ੀਆਂ ਘਰ ਦੇ ਅੰਦਰ ਲੈ ਕੇ ਆਉਣੀ ਹੈ ਖੁਸ਼ੀਆਂ ਵੰਡਣੀਆਂ ਹੈ ਜੇ ਕੋਈ ਰਿਸ਼ਤੇਦਾਰ ਨਾਰਾਜ਼ ਹੋਵੇ ਨਾ ਕਿਸੇ ਨਾਲ ਮੰਮੀ ਦੀ ਨਾ ਬਣਦੀ ਹੋਵੇ ਜਾਂ ਪਾਪਾ ਦੀ ਨਾ ਬਣਦੀ ਹੋਵੇ ਤਾਂ ਟਰਾਈ ਕਰਿਆ ਜੇ ਮਠਿਆਈ ਦਾ ਡੱਬਾ ਲੈ ਕੇ ਅਗਲੇ ਨੂੰ ਮਨਾ ਆਇਆ ਜੇ ਬੰਦਾ ਨੀਵਾਂ ਨਹੀਂ ਹੋ ਜਾਂਦਾ ਠੀਕ ਹੈ ਹੁਣ ਆਪਾਂ ਆਲੇ ਦੁਆਲੇ ਦੀ ਗੱਲ ਕਰਦੇ ਹਾਂ ਤੁਹਾਨੂੰ ਇੱਕ ਸਵਾਲ ਪੁੱਛ ਰਹੀ ਹਾਂ ਜੇ ਤੁਸੀਂ ਕੋਈ ਚੀਜ਼ ਘਰੇ ਖਾਂਦੇ ਹੋ ਲਿਫਾਫੇ ਚੋਂ ਕੱਢ ਕੇ ਜਾਂ ਸਪੋਜ਼ ਕਰੋ ਸੇਬ ਛਿਲਦੇ ਹੋ ਤਾਂ ਕੀ ਤੁਸੀਂ ਸੇਬ ਛਿਲ ਕੇ ਜਾਂ ਕੇਲਾ ਛਿਲ ਕੇ ਉਹਦਾ ਛਿਲਕਾ ਉੱਥੇ ਸੁੱਟ ਦਿੰਦੇ ਹੋ ਘਰ ਦੇ ਅੰਦਰ ਆਪਦੇ ਕਮਰੇ 'ਚ ਤੇ ਬਾਹਰ ਸੜਕ 'ਤੇ ਜਾਂਦੇ ਫਿਰ ਐਂ ਕਿਉਂ ਕਰਦੇ ਬੱਚਿਓ ਜਿਵੇਂ ਘਰ ਨੂੰ ਪਿਆਰ ਕਰਦੇ ਹੋ ਨਾ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਦੇਸ਼ ਨੂੰ ਵੀ ਇਸੇ ਤਰ੍ਹਾਂ ਪਿਆਰ ਕਰਿਆ ਕਰ ਆਪਦੇ ਸਕੂਲ ਨੂੰ ਉਸੇ ਤਰ੍ਹਾਂ ਪਿਆਰ ਕਰਿਆ ਕਰ ਇੱਕ ਜ਼ਿੰਮੇਵਾਰੀ ਨਹੀਂ ਗੀ ਕਿ ਸਕੂਲ 'ਚ ਜੇ ਸੁੱਟਦਾ ਤਾਂ ਟੀਚਰ ਲੜਨਗੇ ਜਿਵੇਂ ਆਪਦੇ ਘਰ ਨਾਲ ਅਟੈਚਮੈਂਟ ਹੈ ਨਾ ਆਪਦੇ ਦੇਸ਼ ਨਾਲ ਆਪਦੇ ਸਕੂਲ ਨਾਲ ਉਸੇ ਤਰ੍ਹਾਂ ਦਾ ਇੱਕ ਪਿਆਰ ਆਪਦੇ ਦਿਲ 'ਚ ਪੈਦਾ ਕਰ ਜਿਹੜੀਆਂ ਥਾਵਾਂ ਤੁਹਾਨੂੰ ਸਿੱਖਿਆ ਦਿੰਦੀਆਂ ਜਿਹੜੇ ਦੇਸ਼ ਦੇ ਵਿੱਚ ਆਪਾਂ ਪੈਦਾ ਹੋਏ ਹਾਂ ਜਿੱਥੋਂ ਦਾ ਸਾਹ ਲੈਂਦੇ ਹਾਂ ਜਿੱਥੋਂ ਦੀ ਰੋਟੀ ਖਾਂਦੇ ਹਾਂ ਜਿੱਥੇ ਜਿਹੜੀ ਜਗ੍ਹਾ ਪਰਮਾਤਮਾ ਨੇ ਆਪਣੇ ਲਈ ਚੁਣ ਕੇ ਆਪਾਂ ਨੂੰ ਜਨਮ ਦਿੰਦਾ ਹੈ ਨਾ ਉਹ ਥਾਂ ਸਭ ਤੋਂ ਪਿਆਰੀ ਹੁੰਦੀ ਹੈ ਇਕੱਲਾ ਦੇਸ਼ ਤੋਂ ਲੈਣਾ ਨਹੀਂ ਹੁੰਦਾ ਦੇਸ਼ ਨੂੰ ਵਾਪਸ ਵੀ ਦੇਣਾ ਹੁੰਦਾ ਹੈ ਜਿੰਨੇ ਬਾਹਰ ਦੇ ਦੇਸ਼ ਹੈ ਨਾ ਬੇਟੇ ਉਹਨਾਂ ਦੇਸ਼ਾਂ ਦੇ ਵਿੱਚ ਇੱਕ ਸਰਵਿਸ ਹੁੰਦੀ ਹੈ ਵਾਲੰਟੀਅਰਿੰਗ ਵਾਲੰਟੀਅਰਿੰਗ ਦਾ ਮਤਲਬ ਹੁੰਦਾ ਹੈ ਕਿ ਮੈਂ ਕੰਮ ਕਰੂੰਗਾ ਪਰ ਮੈਂ ਉਹਦੀ ਤਨਖਾਹ ਨਹੀਂ ਲੈਣੀ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਆਮ ਗੱਲ ਹੈ ਉੱਥੇ ਲੋਕਾਂ ਨੂੰ
ਸਰਕਾਰ ਸੱਦ ਕੇ ਨਹੀਂ ਲਿਆਉਂਦੀ ਕਿ ਆਓ ਸਾਡੇ ਲਈ ਕੰਮ ਕਰੋ, ਉੱਥੇ ਲੋਕ ਜਾ ਕੇ ਆ ਕੇ ਇਨਰੋਲ ਕਰਦੇ ਆ ਆਪਣੇ ਆਪ ਨੂੰ ਤੇ ਇੱਕ ਤਰ੍ਹਾਂ ਦੀ ਸੋਸ਼ਲ ਸਰਵਿਸ ਕਰਦੇ ਆ। ਲੋਕ ਸੇਵਾ ਕਰਨ ਲਈ 2 ਘੰਟੇ ਆਪਦੇ ਦਿਨ ਚੋਂ ਜਾਂ ਕੋਈ ਹਫ਼ਤੇ ਚੋਂ 2 ਦਿਨ ਲੋਕੀ ਦੇਸ਼ ਲੋਕ ਸੇਵਾ ਕਰਨ ਲਈ ਸਮਾਂ ਕੱਢ ਕੇ ਇੱਥੇ ਜਾ ਕੇ ਆਉਂਦੇ ਆ। ਮੇਰੀ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਆਪਦੇ ਦਿਲ ਦੇ ਵਿੱਚ ਇੱਕ ਇੱਛਾ ਪੈਦਾ ਕਰੋ ਕਿ ਮੈਂ ਸਮਾਜ ਨੂੰ ਵਾਪਸ ਦੇਣਾ ਹੈ, ਇਕੱਲਾ ਲੈਣਾ ਨਹੀਂ। ਸਰਕਾਰ ਜੋ ਕੁਛ ਕਰ ਸਕਦੀ ਹੈ ਕਰ ਰਹੀ ਹੈ। ਜੋ ਕੁਛ ਤੁਹਾਨੂੰ ਮਾਂ ਬਾਪ ਆਪਦੇ ਦਿਲ ਤੋਂ ਬਾਹਰ ਹੋ ਕੇ ਮਾਂ ਬਾਪ ਆਪਦੇ ਬੱਚਿਆਂ ਨੂੰ ਦਿੰਦੇ ਹੈ, ਆਪਦੇ ਮਾਂ ਬਾਪ ਨਾਲ ਕਦੀ ਇਹ ਨਹੀਂ ਲੜੀਦਾ ਕਿ ਤੁਸੀਂ ਮੈਨੂੰ ਕੀ ਦਿੱਤਾ, ਵੱਡੇ ਹੋ ਕੇ ਕਦੀ ਇਹ ਨਹੀਂ ਕਹਿਣਾ। ਜੋ ਕੁਛ ਮਾਂ ਬਾਪ ਕਰ ਸਕਦੇ ਤੁਹਾਡੇ ਲਈ ਕਰ ਰਹੇ ਹੈ, ਔਖੇ ਹੋ ਕੇ ਵੀ ਕਰਦੇ ਆ। ਆਪਦੇ ਦਿਲ ਵਿੱਚ ਇੱਕ ਇੱਛਾ ਪੈਦਾ ਕਰਨੀ ਹੈ ਕਿ ਮੈਂ ਵਾਪਸ ਦੇਣਾ ਹੈ। ਮੈਂ ਆਪਦੇ ਮਾਂ ਬਾਪ ਦਾ ਵੱਡੇ ਹੋ ਕੇ ਖਿਆਲ ਰੱਖਣਾ ਹੈ। ਇੱਕ ਮੈਂ ਤੁਹਾਨੂੰ ਆਪਦੇ ਬਚਪਨ ਦੀ ਛੋਟੀ ਜਿਹੀ ਐਕਸਪੀਰੀਅੰਸ ਦੱਸਦੀ ਹਾਂ। ਮੈਂ 6ਵੀਂ ਕਲਾਸ 'ਚ ਹੁੰਦੀ ਸੀ ਤੇ ਮੇਰੇ ਮੰਮਾ ਨੇ ਮੈਨੂੰ ਇਹ ਕਹਿਣਾ ਕਿ ਤੂੰ ਅੱਜ ਤੋਂ ਅਮਨ ਮੈਨੂੰ ਇਹ ਦੱਸਣਾ ਕਿ ਤੂੰ ਪੂਰੇ ਦਿਨ 'ਚ ਚੰਗਾ ਕੰਮ ਇੱਕ ਜਿਹੜਾ ਕੀਤਾ ਉਹ ਮੈਨੂੰ ਰਾਤ ਨੂੰ ਆ ਕੇ ਦੱਸਣਾ। ਪਹਿਲੇ ਦਿਨ ਜਦੋਂ ਮੈਂ ਆਈ ਤਾਂ ਮੈਂ ਮੰਮਾ ਨੂੰ ਕਿਹਾ ਮੈਂ ਆਪਦਾ ਹੋਮਵਰਕ ਆਪੇ ਕੀਤਾ। ਮੰਮੀ ਕਹਿੰਦੇ ਤਾਂ ਸਾਰੇ ਬੱਚੇ ਕਰਦੇ ਆ, ਇਹਦੇ 'ਚ ਕੀ ਨਾ ਮੈਂ ਤੇ ਮੈਂ ਕਿਹਾ ਇਹੀ ਅੱਛਾ ਕੰਮ ਹੈ। ਕਹਿੰਦੇ ਅੱਛਾ ਕੰਮ, ਮੈਂ ਤੈਨੂੰ ਇਹ ਕਹਿ ਰਹੀ ਹਾਂ ਕਿ ਜੋ ਤੂੰ ਕਿਸੇ ਲਈ ਕੀਤਾ। ਫਿਰ ਤੁਹਾਨੂੰ ਪਤਾ ਕਿ ਮੈਂ ਕਲਾਸ 'ਚ ਦੇਖਦੀ ਰਹਿੰਦੀ ਸੀ ਕਿ ਜੇ ਕੋਈ ਬੱਚਾ ਪੈਨਸਿਲ ਨਹੀਂ ਲੈ ਕੇ ਆਇਆ ਤਾਂ ਮੈਂ ਭੱਜ ਕੇ ਉਹਨੂੰ ਪੈਨਸਿਲ ਦੇ ਕੇ ਆਉਂਦੀ ਸੀ। ਉਹ ਪਤਾ ਕਿਉਂ? ਤਾਂ ਕਿ ਰਾਤ ਨੂੰ ਜਾ ਕੇ ਆਪਦੇ ਮੰਮੀ ਨੂੰ ਦੱਸਣਾ ਕਿ ਅੱਜ ਕਿਸੇ ਬੱਚੇ ਕੋਲ ਪੈਨਸਿਲ ਹੈ ਨਹੀਂ ਸੀ ਤੇ ਮੈਨੂੰ ਦਿੱਤੀ, ਆਹ ਚੰਗਾ ਕੰਮ ਕੀਤਾ। ਇਹ ਕਰਦਿਆਂ ਕਰਦਿਆਂ ਆਦਤ ਐਸੀ ਪਈ ਕਿ ਅੱਜ ਮੈਂ ਇੱਥੇ ਖੜ ਗਿਆ। ਮੇਰੇ ਮਦਰ ਨੇ ਮੈਨੂੰ ਬਚਪਨ ਦੇ ਵਿੱਚ ਆਦਤ ਪਾਤੀ ਕਿ ਵਾਪਸ ਕਿਵੇਂ ਦੇਣਾ ਹੈ। ਇੱਥੇ ਮੈਂ ਕੋਈ ਮੋਟਾ ਲੈਣ ਨਹੀਂ ਆਈ। ਮੇਰੀ ਅੱਜ ਡਿਊਟੀ ਲੱਗੀ ਸੀ ਚੈੱਕਸ ਵੰਡਣ ਦੀ ਸਕੂਲਾਂ ਦੇ ਵਿੱਚ। ਰਾਜਾ ਜੀ ਬਿਜ਼ੀ ਬਹੁਤ ਹੈ, ਉਹ ਕਹਿੰਦੇ ਸਕੂਲਾਂ ਦੇ ਚੈੱਕ ਵੰਡ ਕੇ ਆਓ। ਮੈਂ ਕਿਹਾ ਇਹ ਪੋਲੀਟੀਕਲ ਕੰਮ ਹੈ, ਮੈਂ ਬਿਲਕੁਲ ਨਹੀਂ ਕਰਦਾ, ਇਹ ਤੁਸੀਂ ਸਾਂਭੋ। ਮੇਰਾ ਕੰਮ ਹੈ ਬੱਚਿਆਂ ਦੇ ਨਾਲ ਇੰਟਰੈਕਟ ਕਰਨਾ, ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਥੋੜ੍ਹੀ ਬਹੁਤ ਮੈਂ ਬੱਚਿਆਂ ਨਾਲ ਜਾ ਕੇ ਸਾਂਝੀ ਕਰਦਾ। ਬਚਪਨ ਦੇ ਵਿੱਚ ਮੰਮਾ ਇਹ ਪੁੱਛਿਆ ਕਰਦੇ ਸੀ ਕਿ ਜੋ ਅੱਜ ਸਾਰੇ ਦਿਨ ਦਾ ਚੰਗਾ ਕੰਮ ਕੀਤਾ ਮੈਨੂੰ ਤੂੰ ਰਾਤ ਨੂੰ ਆ ਕੇ ਦੱਸਣਾ। ਤੇ ਪਹਿਲੇ ਦਿਨ ਮੈਂ ਬੱਚੇ ਜਿਹਦੇ ਕੋਲ ਪੈਨਸਿਲ ਹੈਨੀ ਸੀ ਉਹ ਜਾ ਕੇ ਪੈਨਸਿਲ ਦਿੱਤੀ ਤੇ ਆ ਕੇ ਰਾਤ ਨੂੰ ਰਾਤ ਦੀ ਵੇਟ ਹੀ ਨਹੀਂ ਕੀਤੀ। ਸਕੂਲੋਂ ਪਹਿਲਾਂ ਆ ਕੇ ਮੰਮਾ ਨੇ ਉਹ ਦੱਸਿਆ ਕਿ ਇੱਕ ਬੱਚੇ ਕੋਲ ਪੈਨਸਿਲ ਹੈਨੀ ਸੀ, ਮੰਮਾ ਮੈਂ ਦਿੱਤੀ ਉਹਨੂੰ। ਫਿਰ ਕਿਤੇ ਲੰਗਰ ਲੱਗਦਾ ਗੁਰਦੁਆਰਾ ਸਾਹਿਬ ਜਾਣਾ ਤੇ ਭੱਜ ਕੇ ਤੇ ਲੰਗਰ ਸੇਵਾ ਕਰਨੀ ਤਾਂ ਕਿ ਮੰਮੀ ਨੂੰ ਦੱਸਣਾ ਰਾਤ ਨੂੰ ਕਿ ਅੱਜ ਮੈਂ ਚੰਗਾ ਕੰਮ ਕੀ ਕੀਤਾ। ਤੇ ਹੁਣ ਤਾਂ ਮੰਮੀ ਮੈਨੂੰ ਪੁੱਛਦੇ ਹੀ ਨਹੀਂ ਕੀ ਕੀਤਾ। ਸੋ ਇਹ ਤੁਹਾਡੇ ਨਾਲ ਇੱਕ ਬੇਟੇ ਛੋਟਾ ਜਿਹਾ ਆਪਦੀ ਲਾਈਫ ਦਾ ਐਕਸਪੀਰੀਅੰਸ ਸਾਂਝਾ ਕਰ ਰਹੀ ਹਾਂ ਕਿ ਤੁਹਾਨੂੰ ਤੁਹਾਡੇ ਮਦਰ ਪੁੱਛਣ ਜਾਂ ਨਾ ਪੁੱਛਣ, ਪਰ ਪਲੀਜ਼ ਤੁਸੀਂ ਆਪਦੇ ਦਿਲ ਵਿੱਚ ਰਾਤ ਨੂੰ ਜਦੋਂ ਬੰਦਾ ਸੌਣ ਲੱਗਦਾ ਨਾ ਤਾਂ ਜਦੋਂ ਇਹ ਗੱਲ ਆਪਦੇ ਮੈਸੇਜ ਆਪਦੇ ਦਿਮਾਗ ਨੂੰ ਦਿੰਦੇ ਹੋ ਕਿ ਅੱਜ ਮੈਂ ਫਲਾਣੇ ਲੋੜਵੰਦ ਦੀ ਮਦਦ ਕੀਤੀ ਤਾਂ ਬੜਾ ਚੰਗਾ ਲੱਗਦਾ। ਰੋਜ਼ ਇੱਕ ਇਸ ਤਰ੍ਹਾਂ ਦੇ ਲੋੜਵੰਦ ਦੀ ਜੇ ਮਦਦ ਕਰੋਗੇ ਜਿਹੜਾ ਤੁਹਾਡੇ ਅੱਗੇ ਆ ਜਾਏ, ਜੇ ਕੋਈ ਚੀਜ਼ ਕੋਈ ਮੰਗਦਾ ਨਾ ਆ ਕੇ ਤਾਂ ਮਤਲਬ ਤੁਹਾਨੂੰ ਉਹ ਕਾਬਲ ਸਮਝਦਾ ਹੈ ਦੇਣ ਦਾ, ਦੇ ਦਿਆ ਕਰੋ ਜੇ ਕੋਈ ਮਦਦ ਮੰਗਦਾ। ਇਹ ਆਪਣਾ ਆਲਾ ਦੁਆਲਾ ਸਾਰਾ ਦਿਨ ਆਪਾਂ ਨੂੰ ਸਾਹ ਲੈਣ ਲਈ ਆਕਸੀਜਨ ਮੰਗਦਾ ਦਿੰਦਾ ਆਪਾਂ ਨੂੰ, ਪਤਾ ਹੈ? ਪਰ ਆਪਣੇ ਤੋਂ ਮੰਗਦਾ ਤਾਂ ਕੁਛ ਨਹੀਂ ਆ। ਭਾਵੇਂ ਦਰਖਤਾਂ ਨੂੰ ਵੱਢ ਕੇ ਸੁੱਟਦੇ ਹੋ ਤਾਂ ਵੀ ਨਹੀਂ ਕਹਿੰਦੇ ਕੁਛ, ਵੇਖੋ ਕਿੰਨੇ ਚੰਗੇ। ਤੇ ਆਪਾਂ ਨੂੰ ਕੋਈ ਜਾਂਦਿਆਂ ਨੂੰ ਹੱਥ ਵੀ ਲਾ ਦੇ ਤਾਂ ਅਗਲੇ ਦੇ ਪਿੱਛੇ ਥੱਪੜ ਮਾਰਨ ਜਾਈਦਾ ਕਿ ਹੱਥ ਕਿਵੇਂ ਲਾਇਆ, ਉੱਚੀ ਕਿਵੇਂ ਬੋਲਿਆ ਮੈਂ। ਤੇ ਇਹਨਾਂ ਨੂੰ ਜੋ ਮਰਜ਼ੀ ਕਹੀ ਚਲੋ ਇਹ ਬੋਲਦੇ ਕੁਛ ਨਹੀਂ, ਹੈ ਨਾ? ਆਪਣਾ ਫਰਜ਼ ਬਣਦਾ ਇਹਨਾਂ ਦਾ ਧਿਆਨ ਰੱਖਣਾ, ਬਣਦਾ ਹੈ ਨਾ ਬੇਟੇ? ਜ਼ਿਆਦਾ ਕੁਛ ਨਹੀਂ ਨਾ ਕਰ ਸਕਦੇ ਤਾਂ ਤੁਰੇ ਜਾਂਦੇ ਐਵੇਂ ਬੂਟਿਆਂ ਦੇ ਪੱਤੇ ਨਾ ਤੋੜਿਆ, ਹੋ ਸਕਦਾ ਇਹਨਾਂ ਨੂੰ ਤਕਲੀਫ ਹੁੰਦੀ ਹੋਵੇ, ਨਹੀਂ ਦੱਸਦੇ। ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਇੰਪੋਰਟੈਂਟ ਇਵੈਂਟ ਹੋਵੇ ਜਿਵੇਂ ਕੋਈ ਵਿਆਹ ਸ਼ਾਦੀ ਹੈ, ਤੁਹਾਡਾ ਜਨਮ ਦਿਨ ਹੈ, ਹੁਣ ਦੀਵਾਲੀ ਦਾ ਤਿਉਹਾਰ ਆ ਰਿਹਾ, ਇਸ ਵਾਰ ਲਈ ਤਾਂ ਮੈਂ ਅਰੇਂਜਮੈਂਟ ਕਰਕੇ ਲਿਆਈ ਹਾਂ ਤੁਹਾਡਾ ਅੱਗੇ ਤੋਂ। ਜਦੋਂ ਕੋਈ ਇੰਪੋਰਟੈਂਟ ਫੈਸਟੀਵਲ ਹੋਵੇ, ਜਦੋਂ ਘਰ ਦੇ ਵਿੱਚ ਕੋਈ ਤਿਉਹਾਰ ਹੋਵੇ, ਕੋਈ ਵਿਆਹ ਸ਼ਾਦੀ ਹੋਵੇ, ਨਵੇਂ ਬੱਚੇ ਦਾ ਜਨਮ ਹੋਵੇ, ਤਾਂ ਤੁਸੀਂ ਹੋਰ ਨਹੀਂ ਕੁਛ ਕਰ ਸਕਦੇ ਤਾਂ ਇੱਕ ਬੂਟਾ ਉਹਦੇ ਨਾਂ ਦਾ ਜ਼ਰੂਰ ਲਾ ਦਿਓ।
ਇਹ ਇੰਨਾ ਕੰਮ ਜ਼ਰੂਰ ਕਰਿਆ ਕਰੋ। ਜ਼ਿਆਦਾ ਕੁਛ ਨਹੀਂ ਮੰਗਦੇ, ਥੋੜ੍ਹਾ ਬਹੁਤ ਕਿਤੇ ਪਾਣੀ ਮੰਗਦੇ ਅਤੇ ਇਹਨਾਂ ਨੂੰ ਤੰਗ ਨਾ ਕਰੋ, ਬਸ ਇੰਨਾ ਹੀ ਮੰਗਦੇ। ਸਾਰੇ ਬੱਚੇ ਸੁਬਹ ਖਾ ਪੀ ਕੇ ਆਉਣੇ ਹੋ, ਦੁੱਧ ਪੀਂਦੇ ਹੋ, ਪੀਂਦੇ ਹੋ, ਦੁੱਧ ਲੈ ਕੇ ਆਉਣੇ, ਆਪਣੀ ਬੋਡੀ ਨੂੰ ਤਾਕਤ ਦਿੰਦਾ ਹੈ ਨਾ। ਕੋਈ ਇਸ ਤਰ੍ਹਾਂ ਦੇ ਬੱਚੋ ਮੈਨੂੰ ਕਿਸੇ ਬੂਟੇ ਦਾ ਨਾਮ ਦੱਸੋ ਜਿਹੜਾ ਦੁੱਧ ਤੋਂ ਜ਼ਿਆਦਾ ਤਾਕਤਵਰ ਹੈ। ਕੋਈ ਬੱਚਾ ਇੱਥੇ ਬੈਠਾ ਪੰਜਾਬੀ ਚ ਕਹਿੰਦੇ ਹੈ ਸੁਹਾਂਜਣ ਦਾ ਬੂਟਾ, ਅੰਗਰੇਜ਼ੀ ਚ ਉਹਦਾ ਨਾਮ ਹੈ ਮੋਰਿੰਗਾ। ਜਿੰਨੇ ਇੱਥੇ ਖੜੇ ਹੈ ਮੈਂ ਸਾਰਿਆਂ ਨੂੰ ਇਨਵਾਈਟ ਕਰਦੀ ਹਾਂ, ਪਲੀਜ਼ ਮੈਨੂੰ ਕੋਈ ਇੱਕ ਬੰਦਾ ਉਹਦੀ ਇੰਪੋਰਟੈਂਸ ਦੱਸੇ। ਪੰਜਾਬ ਦੇ ਬੂਟੇ ਅੱਗੇ ਆਮ ਹੋਇਆ ਕਰਦੇ ਸੀ ਸੁਹਾਂਜਣ ਦੇ ਬੂਟੇ, ਇਨਕਲੂਡਿੰਗ ਟੀਚਰਸ, ਐਨੀਵਨ। ਸੁਹਾਂਜਣ ਦੇ ਬੂਟੇ ਦੀ ਮੈਨੂੰ ਕੋਈ ਇੱਕ ਇੰਪੋਰਟੈਂਸ ਦੱਸੇ ਜਿੰਨੇ ਖੜੇ। ਹਿੰਦੀ ਦੇ ਵਿੱਚ ਸਹਿਜਨ ਕਹਿ ਦਿੰਦੇ ਆ, ਉਹ 300 ਬਿਮਾਰੀਆਂ ਦਾ ਇਲਾਜ ਕਰਦਾ। ਸਾਡੇ ਸਕੂਲ ਦੇ ਵਿੱਚ ਵੀ 3-4 ਬੂਟੇ ਲੱਗੇ ਹੋਏ ਨੇ, ਉਹ ਸ਼ੂਗਰ ਬਾਕੀ ਦਿਲ ਨਾਲ ਸੰਬੰਧਿਤ ਬਿਮਾਰੀਆਂ ਹੋ ਗਈਆਂ, ਬੀਪੀ ਵਗੈਰਾ, ਉਹਦਾ ਸਾਰਾ ਕੁਛ ਵਰਤਿਆ ਜਾਂਦਾ ਜੀ। ਪੱਤੇ ਮਤਲਬ ਅਚਾਰ ਪਾ ਲਓ ਜਾਂ ਭੁਰਜੀ ਬਣਾ ਕੇ ਖਾ ਲਓ, ਟਾਹਣੀਆਂ ਸਣੇ ਜੜ੍ਹਾਂ ਦੇ ਤਣੇ ਵਗੈਰਾ। ਸੁਹਾਂਜਣ ਦੇ ਬੂਟੇ ਦੇ ਵਿੱਚ ਸਭ ਤੋਂ ਵੱਧ ਆਇਰਨ ਹੁੰਦਾ ਜੀ, ਤਾਂ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਜਿੰਨਾ ਬੱਚਿਆਂ ਦੇ ਵਿੱਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਬੱਚਿਆਂ ਦੇ ਲਈ ਇਹ ਬਹੁਤ ਹੀ ਜ਼ਿਆਦਾ ਤਾਕਤਵਰ ਹੈ। ਔਰ ਇਸ ਤੋਂ ਇਲਾਵਾ ਬੀਪੀ ਦੀ, ਸ਼ੂਗਰ ਲਈ, ਔਰ ਹੋਰ ਵੀ ਬਹੁਤ ਇਸ ਤਰ੍ਹਾਂ ਦੀਆਂ, ਈਵਨ ਦੈਨ ਕਿ ਕੈਂਸਰ ਵਾਸਤੇ ਵੀ ਇਹ ਬੂਟਾ ਜਿਹੜਾ ਬਹੁਤ ਵਧੀਆ ਬੂਟਾ ਜੀ। ਥੈਂਕ ਯੂ। ਸੁਹਾਂਜਣ ਦੇ ਬੂਟੇ ਦੇ ਵਿੱਚ ਦੁੱਧ ਨਾਲੋਂ 5 ਗੁਣੇ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ। ਇਹਦਾ ਮਤਲਬ ਇਹ ਹੈ ਕਿ ਦੁੱਧ ਨਾਲੋਂ 5 ਗੁਣੇ ਜ਼ਿਆਦਾ ਸੁਹਾਂਜਣ ਦੇ ਪੱਤੇ ਤਾਕਤਵਰ ਹੁੰਦੇ ਹੈ। ਬਦਾਮਾਂ ਨਾਲੋਂ ਕਿੰਨੇ ਗੁਣਾ ਜ਼ਿਆਦਾ ਵਿਟਾਮਿਨ ਈ ਹੁੰਦਾ ਹੈ, ਮਤਲਬ ਕਿ ਬਦਾਮਾਂ ਨਾਲੋਂ ਸੁਹਾਂਜਣ ਦੇ ਪੱਤੇ ਜ਼ਿਆਦਾ ਤਾਕਤਵਰ ਹੁੰਦੇ ਹੈ। ਨਿੰਬੂ ਨਾਲੋਂ ਕਿੰਨੇ ਗੁਣਾ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ, ਇਹਦਾ ਮਤਲਬ ਕਿ ਨਿੰਬੂ ਨਾਲੋਂ ਵੀ, ਨਿੰਬੂ, ਸੰਤਰਾ, ਕਿੰਨੂ, ਇਹਨਾਂ ਸਾਰਿਆਂ ਨਾਲੋਂ ਕਿਤੇ ਵੱਧ ਤਾਕਤਵਰ ਹੁੰਦਾ ਹੈ। ਬਾਬਾ ਰਾਮਦੇਵ ਦਾ ਨਾਮ ਸੁਣਿਆ ਤੁਸੀਂ? ਹਾਂਜੀ ਬੇਟੇ, ਬਾਬਾ ਰਾਮਦੇਵ ਇਹਦਾ ਐਡਾ ਡੱਬੀ ਸ਼ਾਇਦ 200 ਰੁਪਏ ਦੀ ਵੇਚਦਾ ਹੈ, ਇਹਦੇ ਪੱਤਿਆਂ ਦੇ ਪਾਊਡਰ ਦੀ। ਔਰ ਜਿੰਨੇ ਬਾਹਰਲੇ ਦੇਸ਼ ਹੈ, ਕੈਨੇਡਾ, ਅਮਰੀਕਾ, ਇੰਗਲੈਂਡ, ਇਹ ਜਿੰਨੀਆਂ ਇੱਥੋਂ ਦੀਆਂ ਦਵਾਈਆਂ ਵਾਲੀਆਂ ਕੰਪਨੀਜ਼ ਹੈ, ਔਰਗੈਨਿਕ ਦਵਾਈਆਂ ਜਿਹੜੀਆਂ ਵੇਚਦੀਆਂ, ਉਹ ਸਭ ਸੁਹਾਂਜਣ ਵੇਚਦੀਆਂ ਮੋਰਿੰਗਾ ਪਾਊਡਰ ਦੇ ਨਾਲ। ਕੋਈ 500 ਦੀ ਇੱਡੀ ਡੱਬੀ ਦਿੰਦਾ, ਕੋਈ 1000 ਦੀ ਵੀ ਵੇਚਦਾ। ਤੇ ਪਾਊਡਰ ਪਤਾ ਕਾਹਦਾ ਹੁੰਦਾ? ਪਾਊਡਰ ਹੁੰਦਾ ਹੈ ਸੁਹਾਂਜਣਾਂ ਦੇ ਪੱਤਿਆਂ ਦਾ। ਜੇ ਤੁਸੀਂ ਇਹ ਪੱਤੇ ਆਪਦੇ ਘਰੇ ਛਾਵੇਂ ਸੁੱਟਦੇ ਹੋ ਤੇ 20 ਦਿਨਾਂ ਦੇ ਆਪ ਹੀ ਸੁੱਕ ਜਾਂਦੇ ਆ, ਤੇ ਤੁਸੀਂ ਇਹਦਾ ਪਾਊਡਰ ਘਰੇ ਆਪ ਹੀ ਇੱਕ ਚਮਚਾ ਰੋਜ਼ ਖਾ ਲਓ, ਤਾਂ ਜਿਵੇਂ ਤੁਹਾਡੇ ਇੱਥੇ ਕਿਸੇ ਨੇ ਦੱਸਿਆ ਕਿ 300 ਬਿਮਾਰੀ ਦਾ ਇਲਾਜ ਹੈ, ਬਿਲਕੁਲ ਠੀਕ ਹੈ। ਬਾਕੀ ਇਹ ਕੈਂਸਰ ਦਾ ਵੀ ਇਲਾਜ ਹੈ। ਆਪਣੇ ਆਲੇ ਦੁਆਲੇ 'ਚ ਇੰਨਾ ਕੁਛ ਹੈ ਕਿ ਜੇ ਆਪਾਂ ਆਪਣੇ ਆਲੇ ਦੁਆਲੇ ਨੂੰ ਹੀ ਯੂਜ਼ ਕਰਨ ਲੱਗ ਪਈਏ ਤਾਂ ਸ਼ਾਇਦ ਕਿਸੇ ਦਵਾਈ ਦੀ ਲੋੜ ਹੋਣੀ ਪੈਂਦੀ। ਮੈਂ ਅੱਜ ਸੁਹਾਂਜਣਾਂ ਦੇ ਬੂਟੇ ਲੈ ਕੇ ਆਈ ਹਾਂ ਤੁਹਾਡੇ ਵਾਸਤੇ, ਜਾਮਨਾਂ ਦੀ ਵੀ ਲੈ ਕੇ ਆਈ ਹਾਂ।
ਧੂਪ ਦੀ ਵੀ ਲੈ ਕੇ ਆਈ ਅਰਜਨ ਵੀ ਹੈਗੇ ਆ ਪਰ ਇਹ ਵਿਉਂਗੀ ਤਾਂ ਜੇ ਮੈਨੂੰ ਇਹ ਪ੍ਰੋਮਿਸ ਕਰੋਗੇ ਕਿ ਘਰੇ ਜਾ ਕੇ ਅਸੀਂ ਇਹਨਾਂ ਬੂਟਿਆਂ ਨੂੰ ਲਾਵਾਂਗੇ ਤੇ ਇਹਨਾਂ ਦਾ ਖਿਆਲ ਰੱਖਾਂਗੇ ਇਹ ਨਾ ਹੋਏ ਬੂਟੇ ਲੈ ਜਾਓ ਤੇ ਪਤਾ ਹੀ ਨਹੀਂ ਕਰੇ ਪਏ ਕਿੱਥੇ ਜਾਂ ਬੂਟੇ ਮਰ ਜਾਣ ਬਿਨਾਂ ਪਾਣੀ ਤੋਂ ਪੱਕਾ ਤੇ ਜਦੋਂ ਫਲ ਆ ਗਏ ਫਿਰ ਮੈਂ ਤੁਹਾਡੇ ਕੋਲ ਖਾਣ ਆਉਂਗੀ ਪੱਕਾ ਬੱਚਿਓ ਜ਼ਿਆਦਾ ਕੁਛ ਨਹੀਂ ਕਰ ਸਕਦੇ ਤਾਂ ਇੱਕ ਤਾਂ ਬੂਟੇ ਵੱਢਣੇ ਦੀ ਪ੍ਰੋਮਿਸ ਕਰੋ ਬਿਲਕੁਲ ਬਿਨਾਂ ਗੱਲ ਤੋਂ ਤੁਰੇ ਜਾਂਦੇ ਐਵੇਂ ਟਾਹਣੀਆਂ ਨਹੀਂ ਤੋੜੀ ਦੀਆਂ ਬੂਟਿਆਂ ਦੀਆਂ ਠੀਕ ਹੈ ਤੇ ਜਿੰਨੇ ਬੂਟੇ ਲੱਗੇ ਨਾ ਉਹਨਾਂ ਦਾ ਖਿਆਲ ਰੱਖਿਆ ਕਰੋ ਜੇ ਕਿਤੇ ਉਹਨਾਂ ਨੂੰ ਪਾਣੀ ਦੀ ਲੋੜ ਪਵੇ ਉਹਨਾਂ ਨੇ ਮੂੰਹ ਕਹਿ ਕੇ ਨਹੀਂ ਸੁਣਾਉਣਾ ਹੁੰਦਾ ਪਰ ਸਾਰਾ ਦਿਨ ਆਪਾਂ ਨੂੰ ਦੇਈ ਜਾਂਦੇ ਆ ਤੇ ਇਹਨਾਂ ਨੂੰ ਵਾਪਸ ਦੇਣਾ ਸਿੱਖੀ ਗਿਆ ਸਮਾਂ ਆ ਗਿਆ ਹੁਣ ਬਿਕੋਜ਼ ਅੱਗੇ ਸਮਾਂ ਨਹੀਂ ਸੀ ਕਿਉਂਕਿ ਹੈ ਹੀ ਬਹੁਤ ਸੀ ਦਰਖਤ ਆਪਾਂ ਨੂੰ ਉਹਨਾਂ ਦੀ ਇੰਪੋਰਟੈਂਸ ਦਾ ਨਹੀਂ ਸੀ ਪਤਾ ਹੁਣ ਰੋਜ਼ ਅਖਬਾਰਾਂ 'ਚ ਆ ਰਿਹਾ ਕਿ ਪੋਲਿਊਸ਼ਨ ਬਹੁਤ ਵੱਧ ਗਿਆ ਰੋਜ਼ ਆ ਰਿਹਾ ਨਾ ਘਰ ਆਪਾਂ ਕੀ ਕਰ ਰਹੇ ਹਾਂ ਆਪਾਂ ਵੇਟ ਕਰਦੇ ਹਾਂ ਕਿ ਕੋਈ ਨਹੀਂ ਕੋਈ ਆਊਗਾ ਤੇ ਦਰਖਤ ਲਾ ਜੂਗਾ ਤੇ ਉਹ ਸਾਹ ਕਿਉਂ ਆ ਹੀ ਰਿਹਾ ਐ ਨਹੀਂ ਹਰ ਇੱਕ ਇਨਸਾਨ ਜੇ ਇੱਕ ਇੱਕ ਬੂਟਾ ਲਾਉਣ ਲੱਗ ਪਏ ਤਾਂ ਪੰਜਾਬ ਨੂੰ ਹਰਿਆ ਭਰਿਆ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਜਿੱਥੇ ਆਪਾਂ ਜੰਮੇ ਹਾਂ ਨਾ ਉਸ ਧਰਤੀ ਵਰਗੀ ਦੁਨੀਆ ਦੀ ਕੋਈ ਧਰਤੀ ਨਹੀਂ ਪਰ ਉਹੀ ਆਪਾਂ ਨੂੰ ਨਹੀਂ ਦੇਊਗੀ ਆਪਣਾ ਵੀ ਫਰਜ਼ ਬਣਦਾ ਉਹਦਾ ਧਿਆਨ ਰੱਖਣ ਦਾ ਆਪਣਾ ਵੀ ਫਰਜ਼ ਬਣਦਾ ਹੈ ਉਹਨੂੰ ਵਾਪਸ ਦੇਣ ਦਾ ਕੋਈ ਲੋੜਵੰਦ ਮਿਲ ਜੇ ਜਿੰਨੇ ਜੋਗੇ ਉਹਦੀ ਮਦਦ ਜ਼ਰੂਰ ਕਰਿਆ ਕਰੋ ਹੱਥ ਖੜੇ ਕਰਕੇ ਕਹੋ ਜਿਹੜਾ ਬੱਚਾ ਮੇਰੀ ਗੱਲ ਨਾਲ ਸਹਿਮਤ ਹੈ ਕਿ ਤੁਹਾਨੂੰ ਕੋਈ ਲੋੜਵੰਦ ਮਿਲਦਾ ਹੀ ਨਹੀਂ ਕਦੀ ਮਿਲਦੇ ਬੇਟੇ ਜੇ ਤੁਹਾਨੂੰ ਆਪਦੇ ਮੂੰਹ ਨਾਲ ਨਾ ਕੁਛ ਕਹੂਗਾ ਤੇ ਦਿਲੋਂ ਬਹੁਤ ਅਸੀਸਾਂ ਦੇ ਕੇ ਜਾਊਗਾ ਤੇ ਅਸੀਸ ਖਰੀਦੀ ਨਹੀਂ ਜਾ ਸਕਦੀ ਆਪਦੇ ਘਰ ਦੇ ਬਜ਼ੁਰਗਾਂ ਨਾਲ ਰੋਜ਼ ਅੱਧਾ ਘੰਟਾ ਸਪੈਂਡ ਕਰਨਾ ਉੱਚੀ ਹਾਂ ਕਰਕੇ ਦੱਸਿਆ ਜੀ ਮੈਨੂੰ ਉਧਰ ਬੱਚਿਆਂ ਨੂੰ ਸ਼ਾਇਦ ਇਹ ਗੱਲ ਚੰਗੀ ਲੱਗੀ ਬੱਚੇ ਇੱਕ ਵਾਰੀ ਹਾਂ ਬੋਲਿਆ ਜੇ ਚੰਗੀ ਲੱਗੀ ਤਾਂ ਅਦਰਵਾਈਜ਼ ਉੱਚੀ ਬੋਲੋ ਵੈਰੀ ਗੁੱਡ ਬੜਾ ਕੁਛ ਲਿਆ ਹੋ ਗਿਆ ਬਜ਼ੁਰਗਾਂ ਕੋਲ ਬਹੁਤ ਕੁਛ ਹੁੰਦਾ ਬੜੀਆਂ ਦੁਆਵਾਂ ਹੁੰਦੀਆਂ ਉਹਨਾਂ ਕੋਲੇ ਚੁੱਪ ਕੀਤੇ ਬੜਾ ਕੁਛ ਦੇ ਜਾਂਦੇ ਆਪਾਂ ਨੂੰ ਸਾਰੀ ਉਮਰਾਂ ਦੀਆਂ ਕਮਾਈਆਂ ਦੇ ਕੇ ਜਾਂਦੇ ਆਪਾਂ ਨੂੰ ਉਹਨਾਂ ਦਾ ਧਿਆਨ ਰੱਖਣਾ ਆਪਣਾ ਫਰਜ਼ ਬਣਦਾ ਹੈ ਉਵੇਂ ਬੂਟਿਆਂ ਦਾ ਧਿਆਨ ਰੱਖਣਾ ਜਿਹੜੇ ਮੂੰਹ ਨਹੀਂ ਬੋਲਦੇ ਉਹਨਾਂ ਦਾ ਧਿਆਨ ਰੱਖਣਾ ਆਪਣਾ ਫਰਜ਼ ਬਣਦਾ ਜੇ ਤੁਹਾਡੇ ਵਿੱਚ ਇਹ ਛੋਟੀਆਂ ਛੋਟੀਆਂ ਆਦਤਾਂ ਹੁਣ ਤੋਂ ਪੈ ਜਾਂਦੀਆਂ ਨਾ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਹੋਵੋਗੇ ਬਹੁਤ ਅੱਗੇ ਜਾਓਗੇ ਤੇ ਪੰਜਾਬ ਤੁਹਾਡੇ ਸਾਰਿਆਂ ਦੇ ਸਿਰ ਤੇ ਹੈ ਜਿੰਨੇ ਬੱਚੇ ਹੋ ਨਾ ਤੁਸੀਂ ਪੰਜਾਬ ਦਾ ਭਵਿੱਖ ਹੋ ਤੇ ਕੁੜੀਆਂ ਤਾਂ ਮੁੰਡਿਆਂ ਤੋਂ ਵੀ ਅੱਗੇ ਹੈ ਤਾਂ ਹੀ ਤਾਂ ਮੈਂ ਇੱਥੇ ਖੜੀ ਹਾਂ ਠੀਕ ਹੈ ਬੱਚਿਓ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਦੇ ਨਿਵਾਸ ਆਲੇ ਦੁਆਲੇ ਨੂੰ ਸਾਂਭਦੇ ਰਹੋ ਚੰਗੇ ਨੇਕ ਕੰਮ ਕਰਦੇ ਰਹੋ ਜਿੱਥੋਂ ਦਾ ਖੁਸ਼ ਰਹੋ ਤੇ ਸਦਾ ਖੁਸ਼ ਰਹੋ।